ਬੜਾ ਗੰਭੀਰ ਸੰਕਟ ਹੈ ਵਾਕਿਆ ਜੇ ਸਮਝਿਆ ਜਾਵੇ। ਜਿਸ ਤਖ਼ਤ ਦੀ ਸਥਾਪਨਾ ਸਤਿਗੁਰੂ ਸਾਹਿਬ ਲਾਹੌਰ ਅਤੇ ਦਿੱਲੀ ਦੇ ਤਖ਼ਤ ਦੇ ਬਰਾਬਰ ਕਰਦੇ ਹਨ ਕਿ ਅਸੀਂ ਕਿਸੇ ਰਾਜੇ ਦੀ ਟੈ ਨਹੀਂ ਮੰਨਣੀ, ਅਸੀਂ ਅਕਾਲ ਦੇ ਪੁਜਾਰੀ ਹਾਂ, ਅਕਾਲ ਦੇ ਹੁਕਮ ਮੁਤਾਬਕ ਜੀਵਾਂਗੇ, ਸਾਡੇ 'ਤੇ ਕੋਈ ਪਾਬੰਦੀ ਆਇਦ ਨਹੀਂ ਹੋ ਸਕਦੀ। ਜਿਹੜੀਆਂ ਪਾਬੰਦੀਆਂ ਹਕੂਮਤਾਂ ਲਾਉਂਦੀਆਂ ਰਹੀਆਂ ਉਹਨਾਂ ਹਕੂਮਤਾਂ ਨੂੰ ਸਿੱਧਾ ਚੈਲੰਜ ਦੇਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਖਾਲਸਾ ਪੰਥ ਨੂੰ ਉਹਦੀ ਤਾਬਿਆ ਕਰ ਦਿੱਤਾ ਸੀ। ਅੱਜ ਉਹਦੀ ਪ੍ਰਭੂ ਸੱਤਾ ਨੂੰ ਹੀ ਖਤਰਾ ਬਣਿਆ ਹੋਇਆ। ਇੱਥੇ ਇੱਕ ਗੱਲ ਕਹੀ ਗਈ ਸੀ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਵੱਡਾ ਹੈ ਕਿ ਜਥੇਦਾਰ ਵੱਡਾ। ਪੰਥਕ ਤੌਰ 'ਤੇ ਤਾਂ ਜੇ ਪੰਥਕ ਰਵਾਇਤਾਂ ਮੁਤਾਬਕ ਬਣਿਆ ਹੋਵੇ ਜਥੇਦਾਰ, ਫਿਰ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਥੰਬੜੇ ਨਾਲ ਬੰਨ ਸਕਦਾ। ਅਤੇ ਜੇ ਵੋਟਾਂ ਵਾਲਿਆਂ ਨੇ ਬਣਾਇਆ ਜਥੇਦਾਰ ਵੱਡਾ ਹੋਵੇ ਤਾਂ ਫਿਰ ਤਾਂ ਪ੍ਰਧਾਨ ਹੀ ਵੱਡਾ ਹੋ ਸਕਦਾ, ਕਿਉਂਕਿ ਵਾਰ ਵਾਰ ਬਣਾਉਣਾ ਉਹਨੇ ਆ, ਲਾਉਣਾ ਉਹਨੇ ਆ। ਅਤੇ ਜੇ ਪੰਥਕ ਜਥੇਦਾਰਾਂ ਦੀ ਆਸ ਆਪਾਂ ਨੂੰ ਬਣਾਉਣੀ ਪਵੇਗੀ ਤਾਂ ਫਿਰ ਥੱਲਿਓਂ ਗਰਾਊਂਡ ਲੈਵਲ ਤੋਂ ਕੰਮ ਕਰਨਾ ਪਵੇਗਾ। ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਕਿਸੇ ਇੱਕ ਚੁਣੀ ਹੋਈ ਸੰਸਥਾ ਕੋਲ ਨਹੀਂ, ਇਹ ਸੰਸਾਰ ਭਰ ਦੇ ਵੱਸਦੇ ਸਾਰੇ ਸਿੱਖਾਂ ਦੇ ਕੋਲ ਚਾਹੀਦਾ। ਅਕਾਲ ਤਖ਼ਤ ਦੀ ਪ੍ਰਭੂ ਸੱਤਾ ਜਿਹੜੀ ਸਾਡੀ ਬਿਲਕੁਲ ਬਰਕਰਾਰ ਰਹਿਣੀ ਚਾਹੀਦੀ ਹੈ, ਇਹਦੇ ਲਈ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ। ਵਰਤਮਾਨ ਢਾਂਚਾ ਸਾਡਾ ਅਕਾਲ ਤਖ਼ਤ ਦੀ ਪ੍ਰਭੂ ਸੱਤਾ ਦੇ ਸਮਰੱਥ ਨਹੀਂ ਹੈ, ਇਹਦੇ ਲਈ ਸਾਨੂੰ ਬਦਲਾਅ ਦੀ ਲੋੜ ਹੈ। ਗੁਰਦੁਆਰਾ ਐਕਟ ਸਾਡੀ ਕੌਮੀ ਮਰਜ਼ਾਦੇ ਦੀ ਪੂਰਤੀ ਨਹੀਂ ਹੈ। ਸਿੱਖ ਪੰਥ ਦੇ ਅੰਦਰ ਸੰਗਤੀ ਜਿਹੜਾ ਪ੍ਰਬੰਧ ਹੈ, ਸੰਗਤ ਦੀ ਜਿਹੜੀ ਜੁਗਤ ਹੈ, ਆਪਣੇ ਨੁਮਾਇੰਦੇ ਚੁਣਨ ਦਾ ਜਿਹੜਾ ਢੰਗ ਹੈ, ਉਹ ਸਾਨੂੰ ਗੁਰੂ ਨੇ ਦਿੱਤਾ ਹੋਇਆ ਹੈ। ਇੱਕ ਬੰਨੇ ਤਾਂ ਸੰਘਰਸ਼ ਵਾਲੇ ਵਿਅਕਤੀ ਨੇ, ਦੂਸਰੇ ਬੰਦੇ ਸਿਰਫ ਉਹ ਲੋਕ ਨੇ ਜੋ ਕਿ ਕੇਵਲ ਅਤੇ ਕੇਵਲ ਵੋਟ ਰਾਜਨੀਤੀ ਦੇ ਨਾਲ ਸੱਤਾ ਦੇ ਵਿੱਚ ਕਾਬਜ਼ ਹੋ ਕਰਕੇ ਪੰਥ ਨੂੰ ਐਕਸਪਲੋਇਟ ਕਰ ਰਹੇ ਨੇ। ਸੋ ਜਿਹੜੇ ਸੰਘਰਸ਼ਸ਼ੀਲ ਵਿਅਕਤੀ ਅੱਜ ਇੱਥੇ ਬੈਠੇ ਨੇ ਅਤੇ ਟੀਵੀ ਚੈਨਲਾਂ ਦੇ ਰਾਹੀਂ ਦੇਸ਼ ਵਿਦੇਸ਼ਾਂ ਦੇ ਵਿੱਚ ਇਹ ਪ੍ਰੋਗਰਾਮ ਸੁਣ ਲੈ ਰਹੇ ਨੇ, ਉਹਨਾਂ ਸੰਘਰਸ਼ ਦੇ ਵਿੱਚੋਂ ਹੀ ਅੱਜ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਦੀ ਗੱਲ ਕਰ ਰਹੇ ਹਾਂ। ਥੋੜ੍ਹੀ ਜਿਹੀ ਬੇਨਤੀ ਇਹ ਵੀ ਕਰਨੀ ਚਾਹੁੰਦਾ ਕਿ ਗੁਰੂ ਘਰਾਂ ਵਿੱਚ, ਸ਼ਾਇਦ ਮੇਰੀ ਭੁੱਲ ਹੋਵੇ, ਇਹਦੇ ਵਿੱਚ ਇਲੈਕਸ਼ਨ ਸਿਸਟਮ ਨਹੀਂ ਚਾਹੀਦਾ। ਇੱਥੇ ਸਿਲੈਕਸ਼ਨ ਅਤੇ ਗੁਰਮਤਾ ਉਹ ਹੋਣਾ ਚਾਹੀਦਾ। ਸੋ ਇਸ ਗੱਲ ਦੀ ਵਿਚਾਰ ਆਪਾਂ ਨੂੰ ਕਰਨੀ ਪਏਗੀ ਕਿ ਇਹ ਜਿਹੜਾ ਗੁਰੂ ਘਰਾਂ ਵਿੱਚ ਇਲੈਕਸ਼ਨ ਸਿਸਟਮ ਹੈ, ਇਹ ਠੀਕ ਹੀ ਨਹੀਂ, ਇੱਥੇ ਗੁਰਮਤੇ ਦੀ ਲੋੜ ਹੈ। ਅਕਾਲ ਤਖ਼ਤ ਦੀ ਪ੍ਰਭੂ ਸੱਤਾ ਦੀ ਗੱਲ ਹੋਈ ਹੈ, ਅਸੀਂ ਤਾਂ ਕਹਿ ਕੇ ਥੱਕ ਗਏ ਹਾਂ ਕਿ ਇਹਦੀ ਜਦ ਤਾਈਂ ਇਹਦੀ ਖੁਦ ਮੁਖਤਿਆਰੀ ਨਹੀਂ ਹੁੰਦੀ, ਅਕਾਲ ਤਖ਼ਤ ਇੰਡੀਪੈਂਡੈਂਟ ਨਹੀਂ ਹੁੰਦਾ, ਤਦ ਤਾਈਂ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਅਤੇ ਸਿੱਖਾਂ ਦੀ ਗੱਲ ਅਕਾਲ ਤਖ਼ਤ ਹੀ ਕਰ ਸਕਦਾ, ਅਤੇ ਅਕਾਲ ਤਖ਼ਤ ਨੂੰ ਅਸੀਂ ਇੰਨਾ ਮਜ਼ਬੂਤ ਬਣਾਉਣਾ ਹੈ ਕਿ ਵੀ ਅਕਾਲ ਤਖ਼ਤ ਤੋਂ ਜਿਹੜੀ ਗੱਲ ਨਿਕਲੀ ਹੋਵੇ ਸਮੁੱਚੇ ਸਿੱਖ ਪੰਥ ਦੀ, ਜਦੋਂ ਅਸੀਂ ਉੱਥੇ ਬੈਠ ਕੇ ਇੱਕ ਸਰਬਤ ਖਾਲਸਾ ਦੇ ਬਤੌਰ ਅਸੀਂ ਆਪਣੀਆਂ ਸਮੱਸਿਆਵਾਂ ਦੇ ਉੱਤੇ ਗੱਲ ਕਰੀਏ ਅਤੇ ਉਹਨਾਂ ਦੇ ਹੱਲ ਉੱਤੇ ਅਸੀਂ ਗੱਲ ਕਰੀਏ, ਅਤੇ ਉੱਥੋਂ ਆਵਾਜ਼ ਨਿਕਲੇ ਅਤੇ ਦਿੱਲੀ ਵਾਲੇ ਵੀ ਸੋਚਣ ਕਿ ਭਈ ਇਹ ਸਿੱਖਾਂ ਦਾ ਸਮੁੱਚਾ ਮਸਲਾ ਹੈ ਅਤੇ ਆਪਾਂ ਇਹਨੂੰ ਸਾਨੂੰ ਸੁਲਝਾਉਣਾ ਪੈਣਾ ਹੈ। ਬਟ ਉਹ ਤਾਂ ਹੀ ਹੋਊਗਾ ਜੇ ਅਕਾਲ ਤਖ਼ਤ ਨੂੰ ਆਪਾਂ ਖੁਦ ਮੁਖਤਿਆਰ ਬਣਾਵਾਂਗੇ, ਇੰਡੀਪੈਂਡੈਂਟ ਬਣਾਵਾਂਗੇ। ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਗੁਰੂ ਸਾਹਿਬ ਦੀ ਸੋਚ ਨੂੰ ਪ੍ਰਣਾਏ ਹੋਏ ਸਿੱਖ ਉਹਨਾਂ ਦਾ ਚੁਣਨਾ ਚਾਹੀਦਾ, ਅਤੇ ਤਾਂ ਹੀ ਅੱਗੇ ਚੜ੍ਹਦੀ ਕਲਾ ਸਕਦੀ ਆ, ਫਿਰ ਅਸੀਂ ਰਾਜ ਵੀ ਪ੍ਰਾਪਤ ਕਰ ਸਕਦੇ ਹਾਂ, ਸਭ ਕੁਝ ਕਰ ਸਕਦੇ ਹਾਂ।
ਸੋ ਇਹ ਡਿਸਾਈਡਡ ਪੰਥ ਨੂੰ ਕਰ ਲੈਣਾ ਚਾਹੀਦਾ ਕਿ ਇਸ ਸਿਸਟਮ 'ਚ ਬਾਹਰ ਨਿਕਲਣਾ ਪੈਣਾ, ਨਹੀਂ ਤਾਂ ਤੁਸੀਂ ਉੱਥੇ ਜਾ ਕੇ ਮੈਂ ਬਹਿ ਜਾਂ ਤੁਸੀਂ ਬਹਿ ਜਾਂ, ਉਹ ਵੀ ਗੱਲ ਕਰ ਗਏ ਨੇ ਵੀ ਉਹ ਤਾਂ ਫਿਰ ਗਾਲਾਂ ਲੈਣ ਵਾਲੀ ਥਾਂ ਆ, ਜਿੰਨੇ ਉੱਥੇ ਜਾ ਕੇ ਬਹਿਣਾ ਗਾਲਾਂ ਲੈਣ ਲੱਗ ਪਏ, ਕਿਉਂਕਿ ਉਹ ਸਿਸਟਮ 'ਚ ਵੱਜੀ ਆ। ਅਤੇ ਸਿਸਟਮ ਤੋਂ ਬਾਹਰ ਨਿਕਲਣ ਦੇ ਲਈ ਫਿਰ ਦੋ ਤਰੀਕੇ ਨੇ। ਇੱਕ ਤਾਂ ਉਹ ਆ ਕਿ ਜਿਹੜੀਆਂ ਰਵਾਇਤੀ ਵੋਟਾਂ ਚੱਲਦੀਆਂ ਨੇ ਤੁਸੀਂ ਉਹਨਾਂ ਦਾ ਇੰਤਜ਼ਾਰ ਕਰੋ, ਉਹ ਜਿੱਦਣ ਵੋਟਾਂ ਹੋਣਗੀਆਂ ਤੁਸੀਂ ਇੱਕ ਆਪਣੀ ਕਿਸਮਤ ਅਜਮਾਓ ਅਤੇ ਸ਼ਾਇਦ ਤੁਹਾਨੂੰ ਪੰਥ ਮੌਕਾ ਦੇ ਦੇਵੇ ਕਿ ਅਸੀਂ ਉੱਥੇ ਚਲੇ ਜਾਈਏ। ਅਤੇ ਕਰਨਾ ਉੱਥੇ ਜਾ ਕੇ ਵੀ ਇਹੋ ਹੀ ਪੈਣਾ ਜੇ, ਇਹ ਮਤੇ ਪਾਉਣੇ ਪੈਣੇ ਆ, ਇਹ ਕਹਿਣਾ ਪੈਣਾ ਕਿ ਅਸੀਂ ਇੰਡੀਅਨ ਸਿਸਟਮ 'ਚੋਂ ਆਪਣੀ ਸੰਸਥਾ ਬਾਹਰ ਕੱਢੀਏ। ਜਦੋਂ ਤੱਕ ਸਾਡੀਆਂ ਸੰਸਥਾਵਾਂ ਡੀਸੀ ਦੇ ਹੁਕਮਾਂ ਨਾਲ ਚੱਲਣੀਆਂ ਆ, ਜਦੋਂ ਤੱਕ ਸਾਡੀਆਂ ਸੰਸਥਾਵਾਂ ਸੈਂਟਰ ਦੇ ਹੁਕਮਾਂ ਨਾਲ ਚੱਲਣੀਆਂ ਆ, ਤਾਂ ਹਾਲ ਇਹੋ ਹੀ ਹੋਣਾ ਹੈ ਜੋ ਅੱਜ ਆ, ਅਤੇ ਉੱਥੇ ਸਿਰਫ ਚਿਹਰੇ ਬਦਲਣਗੇ। ਸ਼੍ਰੋਮਣੀ ਕਮੇਟੀ ਇੱਕ ਚੁਣੀ ਹੋਈ ਨੁਮਾਇੰਦਾ ਕਮੇਟੀ ਜੋ ਵੋਟਾਂ ਰਾਹੀਂ ਚੁਣੀ ਜਾਂਦੀ, ਆਪਾਂ ਉਹਨੂੰ ਨਹੀਂ ਮੰਨਦੇ, ਨਾ ਸਾਨੂੰ ਮੰਨਣ ਦਾ ਕੋਈ ਹੁਕਮ ਹੈ। ਜੇ ਅਸੀਂ ਹਿੰਦੁਸਤਾਨ ਜਾਂ ਵਿਸ਼ਵ ਦੇ ਅਧੀਨ ਹੀ ਰਹਿਣਾ ਹੈ ਤਾਂ ਅਕਾਲ ਪੁਰਖ ਦਾ ਖਾਲਸਾ ਕਹਾਉਣ ਦੇ ਕੋਈ ਹੱਕਦਾਰ ਨਹੀਂ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰਨਾਂ ਤਖਤਾਂ ਦੇ ਜਥੇਦਾਰ ਦਾ ਇੱਕ ਵਿਧੀ ਵਿਧਾਨ ਜ਼ਰੂਰ ਬਣਾਇਆ ਜਾਵੇ, ਕਿਉਂਕਿ ਜਦੋਂ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਨੂੰ ਤੁਹਾਡੀ ਡਿਊਟੀ ਲਾ ਦਿੰਦਾ ਅਤੇ ਉਹਦੇ 'ਤੇ ਸਾਰੀ ਜਿੰਨਾ ਚਿਰ ਉਹ ਸੇਵਾ ਕਰਦਾ ਤਲਵਾਰ ਲਟਕਦੀ ਰਹਿੰਦੀ ਹੈ, ਹੁਣ ਵੀ ਗਿਆ ਹੁਣ ਵੀ ਗਿਆ, ਅਤੇ ਉਹ ਜਦੋਂ ਤਲਵਾਰ ਲਟਕਦੀ ਰਹਿੰਦੀ ਹੈ ਤਾਂ ਉਹ ਕੋਈ ਵੀ ਸੁਹਿਰਦ ਫੈਸਲਾ ਪੰਥ ਵਾਸਤੇ ਨਹੀਂ ਲੈ ਸਕਦਾ। ਅਤੇ ਜਿੰਨਾ ਚਿਰ ਅਸੀਂ ਸਾਡੇ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸੱਤਾ ਨੂੰ ਬਹਾਲ ਨਹੀਂ ਕਰਦੇ, ਉਨਾ ਚਿਰ ਖਾਲਸਾ ਰਾਜ ਦੀ ਸਥਾਪਤੀ ਨਹੀਂ ਹੋਣੀ। ਸਭ ਤੋਂ ਪਹਿਲਾਂ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਬਹਾਲ ਕਰਨਾ ਪਵੇਗਾ।